सुसंगत जी, पिंड ठरवा माजरा जिला करनाल, उत्थे आपां किसान दे घर दे विच इस समय खड़े हाँ, जिन्हां नूं 1 लाख की भेटा हुण देण वास्ते प्रेम सिंह तो बाद जिहड़ा आपां इत्थे पहुंचे हाँ। तो आओ चलदे हाँ, इन्हां नूं माया भेट करदे हाँ, नाले होर बुद्धिजीवियों के जिहड़े विचार ने उन्हां दी सांझ पाउणे। सुसंगत जी, किसान जसवीर सिंह जी दे घर खड़े हाँ इस समय, पिंड ठरवा माजरा जिला करनाल हरियाणा दे विच। ते इत्थे हुण किसान आगू साडे नाल मौजूद ने, पिंड दे जिहड़े मोहदवार ने उह साडे नाल मौजूद ने इस समय, ते भाई बलजिंदर सिंह जी साडे नाल मौजूद ने। आओ उहनां नाल वी गलबात करदे हां। जिहड़े गुरनाम सिंह चडूनी जी दे पीए ने उस समय, बहुत वड्डा सहयोग दे रहे ने, घर घर जा के संगत ते ट्रस्ट दे नाल जिहड़ा जा के खुद ते परिवारां नाल मिल रहे ने, गलबात कर रहे ने। सो भाई साहब जी, इह जिहड़ा कार्ज चल रिहा सारा, इहदे बारे ਤੁਸੀਂ ਤੁਹਾਡੇ ਕੀ ਵਿਚਾਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਭਾਈ ਰਣਧੀਰ ਸਿੰਘ ਦੇ ਨਾਲ ਗੱਲਬਾਤ ਕੀਤੀ, ਤਾਂ ਇਹਨਾਂ ਨੇ ਭਾਈ ਗੁਰਨਾਮ ਸਿੰਘ ਦੇ ਨਾਲ ਲੱਗ ਕੇ ਸਹਿਯੋਗ ਕੀਤਾ। ਇਹ ਕਹਿਣ ਲੱਗੇ ਵੀ ਜੋ ਵੀ ਕਿਸਾਨ ਆਪਾਂ ਉਹਨਾਂ ਦੀ ਭਰਪਾਈ ਤਾਂ ਪੂਰੀ ਨਹੀਂ ਕਰ ਸਕਦੇ, ਪਰ ਲੇਕਿਨ ਆਪਾਂ ਨੂੰ ਕੁਛ ਜਿੰਨੀ ਕੁ ਹੋ ਸਕਦੀ ਮਾਲੀ ਮਦਦ ਜ਼ਰੂਰ ਕਰਾਂਗੇ। ਅਤੇ ਭਾਈ ਸਾਹਿਬ ਨਾਲ ਗੱਲ ਹੋਈ, ਬਾਬਾ ਜੀ ਆ ਗਏ, ਫਿਰ ਬਹਿ ਕੇ ਮਤਾ ਕੀਤਾ ਗਿਆ। ਪਹਿਲਾਂ ਵੀ 9 ਪਰਿਵਾਰਾਂ ਨੂੰ ਦੇ ਚੁੱਕੇ ਹਾਂ ਅਸੀਂ ਆਪਣੇ ਵੱਲੋਂ, ਕਿਸਾਨ ਯੂਨੀਅਨ ਦੀ ਤਰਫ ਤੋਂ ਯੂਕੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਮਾੜੇ ਸਮਿਆਂ 'ਚ ਸਾਡਾ ਸਹਿਯੋਗ ਕਰ ਰਹੇ ਨੇ ਕਿਸਾਨਾਂ ਦਾ। ਸੁਸੰਗਤ ਜੀ, ਦੱਸ ਦਈਏ ਕਿ 60 ਸਾਲ ਉਮਰ ਸੀ ਇਸ ਕਿਸਾਨ ਵੀਰ ਦੀ, ਜਿਹਨਾਂ ਨੇ ਇਸ ਮੋਰਚੇ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ। ਸੋ ਅਸੀਂ ਫਿਰ ਇੱਕ ਵਾਰ ਗੱਲ ਦੁਹਰਾਉਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਉਹਨਾਂ ਦਾ ਕੁਰਬਾਨੀ ਹੈ, ਉਹਦਾ ਕੋਈ ਵੀ ਮੁੱਲ ਨਹੀਂ, ਕੋਈ ਵੀ ਤੋਲ ਨਹੀਂ ਗਾ, ਪਰ ਫਿਰ ਵੀ ਜਿਹੜਾ ਇੱਕ ਸਹਿਯੋਗ ਕਰਨਾ ਬਣਦਾ, ਕਿਉਂਕਿ ਉਹਨਾਂ ਨੇ ਇੱਕ ਸਾਂਝੇ ਮੋਰਚੇ ਦੇ ਵਿੱਚ ਆਪਣੀ ਜਾਨ ਕੁਰਬਾਨ ਕੀਤੀ ਹੈ, ਅਤੇ ਉਹਦੇ ਵਾਸਤੇ ਵਿੱਚ ਉਹਨਾਂ ਦਾ ਸਾਥ ਜ਼ਰੂਰ ਦੇਣਾ ਬਣਦਾ। ਕਿ ਜੋ ਦਿੱਲੀ ਕੇ ਅੰਦਰ ਸਹਿਯੋਗ ਦੇ ਰਹੇ ਹਾਂ, ਸਹਿਯੋਗ ਕਰ ਰਹੇ ਹਾਂ, ਉਸ ਸਹਿਯੋਗ ਸੇ ਯੂਜ ਤੇ ਹੋਏ ਕਿ ਜੋ ਆਪਣੀ ਜਾਨ ਇਸੀ ਮੋਰਚੇ ਕੇ ਅੰਦਾਜ਼ ਮੇਂ ਕੋ ਦੇ ਰਹੇ ਹਾਂ, ਕਿ ਉਨਕੇ ਪਰਿਵਾਰੋਂ ਕੇ ਲੀਏ, ਸਾਂਝ ਕਰਨੇ ਕੇ ਲੀਏ, ਦੁੱਖ ਸੁੱਖ ਕੇ ਬਾਂਟਨੇ ਕੇ ਲੀਏ, ਕਿ ਘਰ ਪਰ ਪਹੁੰਚੇ ਹੈ, ਕਿ ਇਨਸਾਨ ਕੀ ਕੀਮਤ ਤੋ ਹੈ ਨਹੀਂ, ਕੋਈ ਕੋਈ ਦੇ ਨਹੀਂ ਸਕਦਾ, ਜੇ ਤੋ ਹਮ ਇੱਕ ਦੁੱਖ ਸੁੱਖ ਕੀ ਸਾਂਝੀ ਘੜੀ ਮੇਂ ਕਿ ਬੈਠਨੇ ਕੇ ਲੀਏ ਆਏ ਹੈ, ਜੋ ਕਿ ਸੰਗਤਾਂ ਕੇ ਸਹਿਯੋਗ ਸੇ, ਕਿ ਜਿਸ ਨੇ ਕਿ ਜੋ ਕਿ ਟਰਸਟ ਨੇ ਕਿ ਮਾਇਆ ਸਭੀ ਸੰਗਤੋਂ ਕੇ ਸਹਿਯੋਗ ਸੇ ਲਾਏ ਹੈ, ਉਹ ਪਰਿਵਾਰ ਕੋ ਕਿ ਭੇਟ ਕਰਨੇ ਕੇ ਲੀਏ ਯਹਾਂ ਪਹੁੰਚੇ ਹੈ, ਕਿ ਸਭੀ ਕਿਸਾਨੋ ਕਾ, ਸਭੀ ਇਨਸਾਨੋ ਕਾ ਇਹ ਮੋਰਚਾ ਹੈ, ਅਤੇ ਸਭੀ ਕੋ ਚਾਹੀਏ ਕਿ ਇਹ ਰਲ ਮਿਲ ਕੇ ਕਿ ਸਭੀ ਕਾ ਦੁੱਖ ਸੁੱਖ ਇਹ ਬਾਂਟੇ। ਬਸ ਜੀ, ਇਹਨਾਂ ਨੂੰ ਕੀ ਕਹਿ ਸਕਦੇ ਹਾਂ, ਇਹਨਾਂ ਨੂੰ ਤਾਂ ਨਮਸਕਾਰ ਬਣਦੀ ਹੈ ਇਹਨਾਂ ਪਰਿਵਾਰਾਂ ਨੂੰ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੇ ਜਾਨਾਂ ਦੇ ਦਿੱਤੀਆਂ ਨੇ, ਪਰਿਵਾਰ ਦੇ ਮੈਂਬਰਾਂ ਨੇ ਇਸ ਸੰਘਰਸ਼ ਦੇ ਵਿੱਚ। ਸੋ ਇਹਨਾਂ ਨੂੰ ਸਿਰਫ ਨਮਨ ਹੀ ਬਣਦਾ ਹੈ, ਹੋਰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਭਾਈ ਬਲਜਿੰਦਰ ਸਿੰਘ ਜੀ ਨੂੰ ਇਹ ਕਹਾਂਗਾ, ਸਾਡੇ ਟਰੱਸਟ ਵੱਲੋਂ ਸਾਰਿਆਂ ਵੱਲੋਂ ਇਹ ਹੈ ਕਿ ਪੰਜਾਬ ਦੇ ਜਿੰਨੇ ਵੀ ਪ੍ਰਾਣੀ ਇਸ ਸੰਘਰਸ਼ ਵਿੱਚ ਜਾਨਾਂ ਦੇ ਗਏ ਨੇ, ਉਹਨਾਂ ਨੂੰ ਬੇਸ਼ੱਕ ਅਸੀਂ ਪਿੱਛੋਂ ਜਾ ਕੇ ਉਹਨਾਂ ਨੂੰ ਸੇਵਾ ਪਹੁੰਚਾਈਏ, ਪਰ ਹਰਿਆਣੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਵੀ ਸਾਡੀ ਥੋੜ੍ਹੀ ਹੋਰ ਮਦਦ ਕਰਨ, ਅਸੀਂ ਹਰਿਆਣੇ ਵਿੱਚ ਕੋਈ ਵੀ ਪਰਿਵਾਰ ਨਾ ਰਹਿ ਜਾਵੇ, ਕਿਉਂਕਿ ਇਹ ਸੰਘਰਸ਼ ਦੇ ਵਿੱਚੋਂ ਜੋ ਭਾਈਚਾਰਾ ਉੱਭਰ ਕੇ ਸਾਹਮਣੇ ਆਇਆ ਹੈ, ਬੜਾ ਭਾਈ ਛੋਟੇ ਭਾਈ ਦਾ, ਉਸ ਨੂੰ ਅਸੀਂ ਹੋਰ ਵੀ ਮਜ਼ਬੂਤ ਦੇਖਣਾ ਚਾਹੁੰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਸੋ ਮੈਂ ਦੁਬਾਰਾ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਪਰਿਵਾਰ ਨੇ ਹਰਿਆਣੇ ਦੇ ਵਿੱਚ ਜੋ ਇਸ ਸੰਘਰਸ਼ ਦੇ ਵਿੱਚ ਜਿਹੜੇ ਪ੍ਰਾਣੀ ਚਲੇ ਗਏ ਨੇ, ਉਹਨਾਂ ਦੇ ਪਰਿਵਾਰਾਂ ਤੱਕ ਸਾਡੇ ਨਾਲ ਹੋ ਕੇ ਸਾਨੂੰ ਜ਼ਰੂਰ ਉਹਨਾਂ ਦੇ ਦਰਸ਼ਨ ਕਰਾਉਣ, ਅਤੇ ਨਾਲ ਹੀ ਯੂਪੀ ਔਰ ਯੂਪੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵੀ, ਇਹ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਉੱਥੇ ਪਹੁੰਚਾਉਣਾ ਚਾਹੁੰਦੇ, ਜੋ ਸੰਗਤ ਦਾ ਉਹ ਤਿਲ ਫੁੱਲ ਮਾਇਆ ਹੈ, ਉਹ 1-1 ਲੱਖ ਰੁਪਇਆ ਉਨ ਪਰਿਵਾਰਾਂ ਤੱਕ ਪੰਜਾਬ ਸੇ ਪਹਿਲੇ ਅਸੀਂ ਜਾਣਾ ਚਾਹੁੰਦੇ ਹਾਂ। ਸੋ ਸਾਡੀ ਇਹ ਉਮੀਦ ਹੈ ਕਿ ਸਾਡੀ ਇਹਦੇ ਵਿੱਚ ਜ਼ਰੂਰ ਮਦਦ ਕਰ ਵੀ ਰਹੇ ਨੇ, ਅਤੇ ਅੱਗੇ ਹੋਰ ਵੀ ਕਰਨਗੇ।
पिंड ठरवा माजरा हलका संध जिला करनाले च असी इस टाइम खड़े हाँ। इस पिंड तो भी पिंड ठरवे माजरे तो एक शहीद किसान सी। इस पिंड बारे दसना चाहेंगे जो साढ़े बहुत ही सिख पंथ के मशहूर कथावाचक ज्ञानी भिंदरपाल जी का भी पिंड है और नाल ही बाबा मीर सिंह जी जो जवंदी टकसाल के भी मुखी ने उन्हों का भी पिंड है परिवार ही है उन्हों का जिन्हों चो एक किसान वीर शहीद हुआ है। तो अज संगत ट्रस्ट यूके तो बाबा गुरमीत सिंह जी सारे इतने पहुँचे ने इस परिवार नाल दुख सांझा करन तां उन्हां नूं मदद देन। असी उन्हां दा बहुत बहुत धन्नवाद करने आ अज पिंड ठरवा माजरा जिला करनाल पहुँचन ते।